ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ। ਮੈਂ ਹਾਂ ਤੁਹਾਡੇ ਨਾਲ ਰਣਜੀਤ ਕੌਰ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈੱਡਲਾਈਨਸ 'ਤੇ। ਫਿਰੋਜ਼ਪੁਰ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਕੱਢੀ ਗਈ ਮੋਟਰਸਾਈਕਲ ਰੈਲੀ। ਸ਼ਹੀਦ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਨੇ ਬਸੰਤੀ ਰੰਗ ਦੀ ਝੰਡੀ ਦੇ ਕੇ ਰੈਲੀ ਨੂੰ ਕੀਤਾ ਰਵਾਨਾ। ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਵਿੱਚ ਅਕਾਲੀ ਦਲ ਦੇ ਤਲਬੀਰ ਸਿੰਘ ਪਹੁੰਚੇ ਸੇਵਾ ਕਰਨ ਲਈ। ਕਿਹਾ, ਬਹੁਤ ਖੁਸ਼ਕਿਸਮਤ ਹਾਂ ਕਿ ਸੇਵਾ ਕਰਨ ਦਾ ਮੌਕਾ ਮਿਲਿਆ। ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਪਹੁੰਚੇ ਸ੍ਰੀ ਮੁਕਤਸਰ ਸਾਹਿਬ। ਕਿਹਾ, ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ, ਹਾਈਕਮਾਨ ਦੇਵੇਗੀ ਮੌਕਾ ਤਾਂ ਹਰ ਹਾਲ 'ਚ ਕਰਾਂਗੇ ਜਿੱਤ ਹਾਸਿਲ। ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਤੋਂ DTO ਅਹੁਦੇ ਨੂੰ ਖਤਮ ਕਰਨ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਸਾਹਮਣਾ। ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ, ਜਲਦ ਲੋਕਾਂ ਦੀ ਸਮੱਸਿਆਵਾਂ ਦਾ ਕੀਤਾ ਜਾਵੇਗਾ ਹੱਲ। ਪਟਿਆਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੁਲਝਾਈ ਇੱਕ ਹੋਰ ਗੁੱਥੀ। ATM ਵਿੱਚ ਕੈਸ਼ ਪਾਉਣ ਸਮੇਂ ਹੇਰਾਫੇਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਕੀਤਾ ਗ੍ਰਿਫਤਾਰ। ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਇਆ ਗਿਆ ਧਰਨਾ। ਕਿਸਾਨਾਂ ਦਾ ਕਹਿਣਾ, ਬੈਂਕ ਜਲਦੀ ਵਾਪਸ ਕਰੇ ਕਿਸਾਨਾਂ ਦੇ ਲਏ ਹੋਏ ਖਾਲੀ ਚੈੱਕ। ਹਰਿਆਣਾ ਦੇ ਘਰੌਂਡਾ ਦੇ ਇੱਕ ਪਿੰਡ ਵਿੱਚ ਕਚਰੇ ਦੇ ਇੱਕ ਟੈਂਕਰ ਵਿੱਚ ਵੈਲਡਿੰਗ ਦੌਰਾਨ ਹੋਇਆ ਬਲਾਸਟ। ਵੈਲਡਿੰਗ ਕਰਨ ਵਾਲੇ ਪਿਓ ਪੁੱਤਰ ਦੀ ਹੋਈ ਮੌਕੇ 'ਤੇ ਮੌਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਹੈ। ਇਸ ਮੌਕੇ ਫਿਰੋਜ਼ਪੁਰ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਾਰਾ ਗੜੀ ਗੁਰਦੁਆਰੇ ਵਿੱਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੋਟਰਸਾਈਕਲ ਰੈਲੀ ਨੂੰ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਚੰਦਰ ਗੋਦ ਅਤੇ ਵਿਦੇਸ਼ ਤੋਂ ਆਏ ਸ਼ਹੀਦ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਨੇ ਬਸੰਤੀ ਰੰਗ ਦੀ ਝੰਡੀ ਦੇ ਕੇ ਰਵਾਨਾ ਕੀਤਾ। ਨੌਜਵਾਨਾਂ ਵੱਲੋਂ ਕੱਢੀ ਗਈ ਇਹ ਰੈਲੀ ਫਿਰੋਜ਼ਪੁਰ ਸ਼ਹਿਰ ਦਾ ਚੱਕਰ ਲਗਾ ਕੇ ਹੁਸੈਣੀਵਾਲਾ ਜਾ ਕੇ ਸਮਾਪਤ ਹੋਈ। ਔਰਤਾਂ ਵੀ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਸੰਸਥਾ ਦੇ ਪ੍ਰਬੰਧਕ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਮੋਟਰਸਾਈਕਲ ਰੈਲੀ ਸ਼ਹੀਦਾਂ ਨੂੰ ਯਾਦ ਕਰਨ ਲਈ ਕੱਢੀ ਜਾ ਰਹੀ ਹੈ ਤਾਂ ਕਿ ਨੌਜਵਾਨ ਪੀੜ੍ਹੀ ਦੀ ਸੋਚ ਵੀ ਉਹਨਾਂ ਵਰਗੀ ਹੋ ਸਕੇ। ਪੋਸ਼ਣ ਅਭਿਆਨ ਤਹਿਤ ਪੋਸ਼ਣ ਪਖਵਾੜਾ 8 ਮਾਰਚ ਤੋਂ 22 ਮਾਰਚ ਤੱਕ ਮਨਾਇਆ ਜਾਣਾ ਸੀਗਾ। ਇਹ ਪੂਰੇ ਪੰਜਾਬ ਦੇ ਵਿੱਚ ਲਾਗੂ ਸੀ ਔਰ ਅਸੀਂ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਵੀ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਇਸ ਦੌਰਾਨ ਵੱਖਰੀਆਂ ਵੱਖਰੀਆਂ ਗਤੀਵਿਧੀਆਂ ਕੀਤੀਆਂ ਹੈ। ਅੱਜ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਅਸੀਂ ਘਰ ਘਰ ਇਹੀ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਵੀ ਸਹੀ ਪੋਸ਼ਣ ਔਰ ਦੇਸ਼ ਰੌਸ਼ਨ, ਔਰ ਇਸ ਦੇ ਨਾਲ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਵੀ ਸੰਦੇਸ਼ ਅੱਗੇ ਪਹੁੰਚਾਉਣਾ ਚਾਹੁੰਦੇ। ਇਹ ਹੁਸੈਨੀਵਾਲਾ ਬਾਰਡਰ ਤੋਂ ਇਹ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਪੁਰਾਣੇ ਆਜ਼ਾਦੀ ਲਈ ਸ਼ਹਾਦਤਾਂ ਦੇ ਜਾਮ ਪੀਤੇ ਉਹਨਾਂ ਦੀ ਸੋਚ ਅਤੇ ਪਸਾਰ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਹਰ ਸਾਲ ਦੇਸ਼ ਭਗਤੀ ਸਮਾਗਮ ਕਰਵਾਉਂਦੀ ਆ ਰਹੀ ਹੈ, ਜਿਸ ਵਿੱਚ ਨਾਟਕ, ਸੈਮੀਨਾਰ, ਖੇਡਾਂ ਕਰਵਾਈਆਂ ਜਾਂਦੀਆਂ ਅਤੇ ਰੈਲੀਆਂ ਕੱਢੀਆਂ ਜਾਂਦੀਆਂ ਤਾਂ ਜੋ ਸਾਡੇ ਸਮਾਜ ਵਿੱਚ ਜਾਗਰੂਕਤਾ ਪੈਦਾ ਹੋਵੇ ਅਤੇ ਮੁੜ ਤੋਂ ਉਹ ਫਿਰ ਨਰੋਆ ਸਮਾਜ ਸਿਰਜਿਆ ਜਾਵੇ ਜੋ ਸਾਡੇ ਸ਼ਹੀਦਾਂ ਨੇ ਸੁਪਨੇ ਸਿਰਜੇ ਸੀ। ਅੱਜ ਨਸ਼ੇ, ਬੇਰੁਜ਼ਗਾਰੀ ਆਦੀਆਂ ਅਲਾਮਤਾਂ ਨੇ ਸਾਡੇ ਸਮਾਜ ਨੂੰ ਖਾ ਲਿਆ ਅਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਵਿਦੇਸ਼ਾਂ ਵੱਲ ਭੱਜ ਰਹੀ ਹੈ, ਜੋ ਬਹੁਤ ਘਾਤਕ ਆ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੁਸਾਇਟੀ ਦਾ ਇੱਕੋ ਇੱਕ ਮੰਤਵ ਆ ਵੀ ਨਸ਼ਾ ਮੁਕਤ ਜਿਹੜਾ ਉਹ ਸਮਾਜ ਹੋਵੇ ਅਤੇ ਜਿਹੜੇ ਨੌਜਵਾਨ ਸਾਡੇ ਰੁਜ਼ਗਾਰ ਲਈ ਬਾਹਰ ਭੱਜ ਰਹੇ ਉਹ ਇੱਥੇ ਹੀ ਪੜ੍ਹ ਲਿਖ ਕੇ ਇੱਥੇ ਹੀ ਦੇਸ਼ ਦੀ ਸੇਵਾ ਕਰਨ ਅਤੇ ਹਰ ਇਨਸਾਨ ਅੰਦਰ ਦੇਸ਼ ਭਗਤੀ ਦੀ ਭਾਵਨਾ ਜਾਗੇ। ਸ਼ਹੀਦ ਆਜ਼ਮ ਭਗਤ ਸਿੰਘ ਦਾ ਦਿਹਾੜਾ ਕੱਲ੍ਹ ਹੈ, ਸੁਖਦੇਵ ਜੀ ਦਾ ਦਿਹਾੜਾ ਕੱਲ੍ਹ ਹੈ, ਰਾਜਗੁਰੂ ਜੀ ਦਾ ਦਿਹਾੜਾ ਕੱਲ੍ਹ, ਇਸ ਤੋਂ ਵੱਡਾ ਦਿਵਸ ਤਾਂ ਹੋ ਹੀ ਨਹੀਂ ਸਕਦਾ ਜੋ ਉਹਨਾਂ ਨੇ ਸਾਡੇ ਦੇਸ਼ ਲਈ ਕੁਰਬਾਨੀ ਕੀਤੀ ਹੈ। ਸਾਨੂੰ ਮਤਲਬ ਉਹਨਾਂ ਇਸ ਦਿਹਾੜੇ ਨੂੰ ਬੜੇ ਅੱਛੇ ਢੰਗ ਨਾਲ ਮਨਾਉਣਾ ਚਾਹੀਦਾ, ਇਸੇ ਕਰਕੇ ਅਸੀਂ ਇਹ ਰੈਲੀ ਕੱਢ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਾਗਰਿਤ ਕਰੀਏ, ਉਹਨਾਂ ਦੀ ਸੋਚ 'ਤੇ ਪਹਿਰਾ ਦੇਣ, ਡਰੱਗਸ ਨੂੰ ਛੱਡਣ ਔਰ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ। ਬਾਰਡਰ 'ਤੇ ਪੂਰੇ ਇੰਤਜ਼ਾਮ ਹੈਗੇ ਹੈ। 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਔਰ ਰਾਜਗੁਰੂ ਜੀ ਔਰ ਸੁਖਦੇਵ ਜੀ ਦਾ ਦਿਵਸ ਹੈਗਾ, ਉਹਦੇ ਇੰਤਜ਼ਾਮ ਸਾਰੇ ਸੁਰੱਖਿਆ ਵੱਲੋਂ ਔਰ ਐਡਮਿਨਿਸਟ੍ਰੇਸ਼ਨ ਵੱਲੋਂ ਪੂਰੀ ਤਰ੍ਹਾਂ ਮੁਕੰਮਲ ਨੇ। ਇੱਕ ਅੱਜ ਇਹ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਨੇ ਬੀੜਾ ਚੁੱਕਿਆ। ਮੈਨੂੰ ਉਮੀਦ ਰੱਖਦਾ ਮੈਂ ਇਸੇ ਇਹਨਾਂ ਨੌਜਵਾਨਾਂ ਤੋਂ ਕਿ ਇਹ ਅੱਜ ਉਹਦੀ ਲਾਈਨ 'ਤੇ ਚੱਲਣਗੇ ਅਤੇ ਨਾਲ ਹੀ ਜਿਹੜਾ ਨਸ਼ੇ ਦਾ ਹੈ ਇਹਨੂੰ, ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਸਾਡਾ ਹਿੰਦੁਸਤਾਨ ਫਿਰ ਮੁੜ ਕੇ ਪੰਜਾਬ ਜਿਹੜਾ ਜਵਾਨ ਇਹਨੇ ਉੱਠ ਖੜ ਸਕਣ।
अमृतसर के दुर्गियाना मंदिर के सरोवर की कार सेवा में अकाली दल के तलबीर सिंह खास तौर पर अपनी टीम के नाल पहुंचे। उन्होंने कहा कि यह बहुत ही पावन पवित्र स्थान है तो उन्होंने जदों भी समा मिलता वह इत्थे दर्शन करने आते हैं तो हुण उन्होंने इस पवित्र स्थान की सेवा करन दा मौका मिलिया। उन्होंने कहा कि मैं अपने आप को बहुत खुशकिस्मत समझता हाँ। इस दे नाल ही उन्होंने कहा कि जेकर उन्होंने लायक कोई होर सेवा होवे तां उन्होंने जरूर दस्या जाए। इस मौके उन्होंने अपने नाल आए हुए साथियों का भी धन्यवाद किया। अज असी अमृतसर शहर के बड़े पवित्र स्थान दुर्गियाना मंदिर विखे अपने समुची टीम के नाल सेवा वास्ते आए हैं और जो भी कित टाइम मिलता उदों ही शुकराना करने वास्ते इतने आईदा सीगा। अज सेवा करन दा भी मौका मिलिया, मैं समझदा कि अं बड़े खुशनसीब हाँ और परमात्मा ने जिहड़ी साथों सेवा ली आ और इन्नी अज मन नूं शांति मिली आ सेवा करके ते सच्चे पातशाह इस तरह ही अपना मेहर भरिया हथ रखण। आने वाले समय के मैं सारी समुची कमेटी भी यह विश्वास दवाया कि जदों भी साढ़े लाइक कभी कोई सेवा समझो असं चौबी घंटे तक सेवा के हाजिर हाँ। मैं आपकी टीम का भी तहे दिलों धन्यवाद करता जिन्होंने सारे ने अज आके इतने सेवा की और माता जी दी खुशियां प्राप्त की। पंजाब सरकार के खेड मंत्री राणा गुरजीत सिंह सोढी श्री मुक्तसर साहब पहुंचे जिथे कांग्रेस कमेटी के जिला प्रधान हरचरण सिंह बराड वालों उन्हों का गर्मजोशी स्वागत किया गया। चोण जाबता लागू होने के चलते कांग्रेसी लीडरशिप की एकत्रता के बावजूद भी इस समागम में कोई भी सीनियर अधिकारी नहीं पहुंचा। इतने राणा सोढी ने जलालाबाद रोड से एक निजी हस्पताल का उद्घाटन किया। एस टी एफ और सरकार के चंगे तालमेल और खेड विभाग तो लगातार संपर्क में रहने कारण सरकार नशे के खिलाफ लगातार सटीक कोशिशों से बोलते हुए कैबिनेट मंत्री ने कहा कि सरकार हर कोशिश कर रही है कि पिंड पिंड स्टेडियम की स्थापना करके नौजवानों नशा मुक्त किया जाए। इस तो इलावा उन्होंने लोकसभा चोणों लैके कहा कि उन्होंने तैयारी तो पूरी है, जेकर हाईकमान उन्होंने मौका देगी तो वह हर हाल में जित हासिल करेंगे। कांग्रेस पार्टी ने हाले किसी भी पंजाब टिकटों के निर्णय नहीं किया वास्ते सेंट्रल इलेक्शन कमेटी की मीटिंग हुई थी, उस तो पहला स्क्रूटनी कमेटी की मीटिंग हुई थी, फिर उस तो बाद जाके वो अपना फैसला देंगे और उस फैसले की सारी पार्टी को इंतजार है और मेरा ख्याल है कि अगले कुछ दिनों के फैसले होंगे। सर सानू ये पता लगे भी घुबाया साहब नूं डेट देंदे ते अपने कुछ कांग्रेसी पुराने वर्कर ते MLA साहब उन्हां दा विरोध कर रहे हैं कि थोड़े ध्यान च ही गल देखो। कुछ लोगों ने इस विचार कुछ कांग्रेस के जो टकसाली कांग्रेसी ने उन्होंने विरोध किया, लेकिन ये सारिया चीज़ा हुण कांग्रेस पार्टी की हाईकमांड ने फैसला लेना है, उन्होंने की करना है। अखबारों से भी आया है, तुहानू भी तां ही पता लग्या, मैनु भी तां पता लग्या, लेकिन जे घुबाया जी कांग्रेस पार्टी नूं आके मजबूत कर रहे हैं तो बड़ी चंगी गल हैगी है। बाकी टिकट लेना देना जिहड़ी गल हैगी उह फाइनल राहुल जी और कैप्टन साहब का फैसला। सर साढ़े ना पिंडा च ग्राउंड है पंचायत लेवल दे बड़े ने, कुछ मुंडिया ने ना आपदे कोलों घा लवाया कि सर जे उन्हां दी तुसीं माली मदद कर दो तो नवी पनीरी जिहड़ी नवी जनरेशन बहुत वधिया तैयार। देखो साडी पंजाब स्पोर्ट्स डिपार्टमेंट दी साडीआं स्कीमां दी नवी पॉलिसी दे अधीन कि जिथे पंजाब सरकार जिहड़ी रूरल डिवेलपमेंट दीआं पंचायत दीआं जमीनां ने उत्थे बच्चिआं वास्ते खेड दे मैदान बनाउण वास्ते सरकार मदद करेगी पैसा दे। पंजाब दी कांग्रेस सरकार ने प्रदेश तो भ्रिष्टाचार अते अराजकता नूं खत्म करन लई ट्रांसपोर्ट विभाग तो DTO अहुदे नूं खत्म कर प्रदेश दे 22 जिलों में 11 RTO तैनात करके उन्हां एक एक RTO नूं दो दो जिलों के लखां लोगों का ट्रांसपोर्ट विभाग नाल संबंधित काम देखण अते करन दी सरकार दी नीति दे तहत हुक्म जारी किया गया। सरकार दी लागू नीति नाल ट्रांसपोर्ट विभाग में सुधार होण तो दूर उल्टा आम जनता नूं गंभीर परेशानियों का सामना करना पै रहा। सबका अकाली भाजपा सरकार के समय दौरान जिला कपूरथला नाल संबंधित चार हल्कों के लोगों नूं ड्राइविंग अते कमर्शियल सुविधावां ऑनलाइन एक छत दे हेठां देण लई बेहतर प्लेटफॉर्म मुहैया करवाउण दे उद्देश दे तहत 1,36,00,000 रुपए की लागत नाल 1.25 एकड़ दे रकबे विच नवां ऑटोमेटिड ड्राइविंग स्कूल खोलिया गया सी, जिसका उद्घाटन सबका अते स्वर्गीय ट्रांसपोर्ट मंत्री अजीत सिंह कोहाड ने किया सी। पर सूबे विच सत्ता परिवर्तन हुंदे ही कांग्रेस सरकार ने अपनी नवी नीति दे तहत ट्रांसपोर्ट विभाग विच फेरबदल कर दिता, जिस कारण लोगों नूं परेशानियां दा सामना करना पै रहा। जदों इस बारे विच जिला कपूरथला डिप्टी कमिश्नर DPS खरबंदा नाल गल कीती गई तां उन्हां कहा कि जल्द ही लोगों की समस्या का हल किया जाएगा। समस्या यही है भाजी कि अपना एक जिला है कपूरथला,
ਤੇ ਇੱਥੇ ਇਹੀ ਯਾਰ RTO ਜਿਹੜਾ ਹੈਗਾ RTO ਬਹਿੰਦਾ ਹੀ ਨਹੀਂ ਇੱਥੇ 3-4 ਦਿਨ ਘੱਟੋ ਘੱਟ ਬਹਿਣਾ ਚਾਹੀਦਾ ਸਾਨੂੰ ਚਲਾਨ ਭੁਗਤਣ ਲਈ ਬੜੀ ਪਰੇਸ਼ਾਨੀ ਹੁੰਦੀ ਹੈ ਚਲਾਨ ਭੁਗਤਣ ਲਈ ਜਲੰਧਰ ਨੂੰ ਤੋਰ ਦਿੰਦੇ ਸਾਨੂੰ ਠੀਕ ਹੈ ਜੀ ਉੱਤੋਂ ਆਪਣਾ ਜਿਹੜਾ RTO ਹੈ ਇੱਕ ਤਾਂ RTO ਨਹੀਂ ਮਿਲਦਾ ਹੁਣ ਕੈਮਰੇ ਵੀ ਅੱਜ ਮੈਂ ਆਇਆ ਸਾਡੇ ਦੋ ਹਫ਼ਤੇ ਪਹਿਲਾਂ ਦੀ ਐਪਲੀਕੇਸ਼ਨ ਹੈ ਜੀ ਕਦੇ ਕੈਮਰੇ ਨਹੀਂ ਆਉਂਦੇ ਕਦੇ ਗੱਡੀ ਆਪਣੀ ਲਿਆਓ ਮਤਲਬ ਚਲੋ ਠੀਕ ਹੈ ਗੱਡੀ ਆਪਣੀ ਲਿਆਓ ਤਾਂ ਠੀਕ ਹੈ ਪਰ ਉਹੀ ਗੱਲ ਹੈ ਨਾ ਕਿ ਕੈਮਰੇ ਕਦੇ ਬੰਦ ਹੁੰਦੇ ਆ ਅੱਜ ਇਹਨਾਂ ਦੇ ਕੈਮਰੇ ਚੱਲੇ ਆ ਅੱਜ ਦੇਖੋ ਕਿੰਨੇ ਜਣੇ ਖੜੇ ਆ ਟਰਾਈ ਲਈ ਵੀ ਮੇਰਾ ਲਾਇਸੈਂਸ ਐਕਸਪਾਇਰ ਹੋਣਾ ਸੀ 17 ਤਰੀਕ ਨੂੰ ਤਾਂ ਮੈਂ ਕਿਹਾ ਚਲੋ ਵੀਕ ਇੱਕ ਪਹਿਲਾਂ ਕਰਾ ਦਿੰਦੇ ਹਫ਼ਤਾ ਇੱਕ ਪਹਿਲਾਂ ਕਰਾ ਦਿੰਦੇ ਮੈਂ ਇਸ ਜਗ੍ਹਾ 'ਤੇ ਆਇਆ ਮੈਂ ਪਹਿਲਾਂ ਉੱਥੇ ਪੁਰਾਣੇ ਸੁਵਿਧਾ ਕੇਂਦਰ ਗਿਆ ਉੱਥੋਂ ਕਹਿੰਦੇ ਇੱਧਰ ਆ ਜਾਓ ਇੱਥੇ ਜਦੋਂ ਮੈਂ ਆਇਆ ਤਾਂ ਮੈਨੂੰ ਕਹਿੰਦੇ ਵੀ ਤੁਹਾਡਾ ਲਾਇਸੈਂਸ ਇੱਥੋਂ ਨਹੀਂ ਹੋਣਾ ਰਿਨਿਊ ਉਹ ਜਲੰਧਰ ਜਾਣਾ ਪੈਣਾ ਅਤੇ ਮੈਂ ਕਿਹਾ ਕਿਉਂ ਮੈਂ ਰਹਿਣ ਵਾਲਾ ਇੱਥੇ ਦਾ ਬਣਾਇਆ ਪਹਿਲਾਂ ਇੱਥੋਂ ਬਣਿਆ ਹੋਇਆ ਵੀ ਹੁਣ ਮੈਨੂੰ ਉੱਥੇ ਕਿਉਂ ਜਾਣਾ ਪੈਣਾ ਕਹਿੰਦੇ ਨਹੀਂ ਤੁਹਾਨੂੰ ਜਾਣਾ ਪੈਣਾ ਕਿਉਂਕਿ ਇਹ ਲਾਇਸੈਂਸ ਇੱਥੋਂ ਅਥਾਰਟੀ ਹੈ ਨਹੀਂ ਗੀ ਇਹ ਡਿਊਟੀ ਚੱਕ ਦਿੱਤੀ ਗਈ ਆ ਅਤੇ ਮੈਂ ਕਿਹਾ ਚਲੋ ਠੀਕ ਹੈ ਜੀ ਫਿਰ ਮੈਂ ਕੱਲ੍ਹ ਗਿਆ ਸੀਗਾ ਉੱਥੇ ਜਲੰਧਰ ਗਿਆ ਜਲੰਧਰ ਜਾ ਕੇ ਬੜੀ ਮੁਸ਼ਕਲ ਦੇ ਨਾਲ ਮੈਂ ਉਹ ਲੱਭਿਆ ਔਫਿਸ ਲੱਭਿਆ ਉਹਨਾਂ ਦਾ ਜਿੱਥੇ ਲਾਇਸੈਂਸ ਬਣਦੇ ਆ ਤਾਂ ਉਹਨਾਂ ਨੇ ਵੀ ਕਾਫੀ ਚੇਂਜਿੰਗ ਕੀਤੀ ਆ ਮੈਨੂੰ ਨਹੀਂ ਪਤਾ ਕਿਉਂ ਕੀਤੀ ਆ ਜਦੋਂ ਮੈਂ ਉੱਥੇ ਗਿਆ ਤਾਂ ਉਹ ਕਹਿੰਦੇ ਵੀ ਤੁਹਾਡਾ ਲਾਇਸੈਂਸ ਜਿਹੜਾ ਇੱਥੋਂ ਬਣ ਤਾਂ ਜਾਊਗਾ ਪਰ ਤੁਹਾਨੂੰ ਵੈਰੀਫਿਕੇਸ਼ਨ ਲੈਟਰ ਉੱਥੋਂ ਲੈ ਕੇ ਆਉਣੀ ਪੈਣੀ ਭਾਜੀ ਸਮੱਸਿਆ ਆ ਰਹੀ ਆ ਚਲਾਨ ਹੋਇਆ ਵਾ 3 ਦਿਨ ਹੋ ਗਏ ਕਪੂਰਲੇ ਗਾਉਂਦਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਅਤੇ 3 ਦਿਨ ਜਲੰਧਰ ਜਾਂਦਿਆਂ ਨੂੰ ਹੋ ਗਏ ਆ ਅਤੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਕਿਰਾਏ ਬਹੁਤ ਜ਼ਿਆਦਾ ਫੂਕਿਆ ਜਾ ਰਿਹਾ ਵਾ ਅਤੇ ਉਹਨਾਂ ਨੇ ਹੁਣ ਰਸੀਦ ਕੱਟ ਕੇ ਦਿੱਤੀ ਆ 1000 ਰੁਪਇਆ ਫਾਈਨ ਪਾਇਆ ਪ੍ਰਦੂਸ਼ਣ ਦਾ ਸਮੱਸਿਆ ਇੱਥੋਂ ਡੀਲਰਾਂ ਦੀ ਸਮੱਸਿਆ ਹੈ ਜੀ ਦੇਖੋ RC ਫਾਈਲਾਂ ਇੱਥੇ ਆਉਂਦੀਆਂ ਹੈਗੀਆਂ ਫਾਈਲਾਂ ਜਮ੍ਹਾਂ ਨਹੀਂ ਹੁੰਦੀਆਂ ਹੈਗੀਆਂ ਮੈਂ ਸਵੇਰ ਦਾ ਆਇਆ ਹਜੇ ਤੱਕ ਬੰਦਾ ਅਵੇਲੇਬਲ ਨੇਗਾ ਅਤੇ RC ਵੀ 2 ਮਹੀਨੇ ਹੋ ਗਈਆਂ ਪੈਂਡਿੰਗ ਨੂੰ ਕਸਟਮਰ ਫਿਰ ਉੱਥੇ ਆਣ ਕੇ ਮਤਲਬ ਕਿ ਰੌਲਾ ਪਾਉਂਦੇ ਆ ਵੀ ਹਾਂ ਵੀ ਇੱਦਾਂ RC ਜਾਂ ਕਿੱਥੇ ਆ ਸਾਡੀਆਂ ਜੇ ਉਹਨਾਂ ਨੂੰ ਕਹੋ ਵੀ DTO ਦਫ਼ਤਰ ਬੰਦ ਹੋ ਗਏ ਆ ਜਾਂ ਕੰਮ ਕਿਸੇ ਹੋਰ ਕੋਲ ਚੇਂਜ ਹੋ ਗਿਆ ਪਰ ਉਹ ਕਸਟਮਰ ਤਾਂ ਨਹੀਂ ਸੁਣਦਾ ਸੁਣਨੀਆਂ ਸਾਨੂੰ ਉੱਥੇ ਪੈਂਦੀਆਂ ਆ ਸਰਕਾਰਾਂ ਦਾ ਇਹਨਾਂ ਦਾ ਆਪਸ ਦਾ ਹੈਗਾ ਆ ਕੋਈ ਕਿਸੇ ਦੀ ਸਾਈਡ ਚਲਾਈ ਆ ਕੋਈ ਕਿਸੇ ਦੀ ਚਲਾਈ ਆ ਪਰ ਪਬਲਿਕ ਨੂੰ ਤਾਂ ਘੁੰਮਣਾ ਫਿਰਨਾ ਪੈਂਦਾ ਹੈ ਨਾ ਕਦੀ ਜਲੰਧਰ ਜਾਂਦਾ ਬੰਦੀ ਕਦੀ ਕਪੂਰਥਲੇ ਜਾਂਦਾ ਕਪੂਰਥਲੇ ਇੱਥੇ ਆਓ ਦਫ਼ਤਰ ਉਹ ਕਹਿ ਦਿੰਦੇ ਜੀ SDM ਕੋਲ ਚਲ ਗਿਆ SDM ਕੋਲ ਜਾਓ ਬੰਦਾ ਹੈ ਨਹੀਂ ਅਵੇਲੇਬਲ ਕੀ ਬੰਦਾ ਕਰੇ ਇੱਥੋਂ ਸਾਰੀ ਦਿਹਾੜੀ ਵੀ ਖਰਾਬ ਹੁੰਦੀ ਖੱਜਲ ਖਰਾਬ ਹੋ ਗਏ ਫਾਈਲਾਂ ਵੀ ਨਹੀਂ ਇੱਥੇ ਜਮ੍ਹਾਂ ਹੁੰਦੀਆਂ ਨਾ RC ਮਿਲਦੀਆਂ 2 ਮਹੀਨੇ ਹੋ ਗਏ ਆ ਬਸ ਇਹੀ ਚੱਕਰਾਂ ਦੇ ਵਿੱਚ ਘੁੰਮਦਾ ਰਹਿੰਦਾ ਬੰਦਾ ਮੋਹਰ ਸਿੰਘ ਜੀ ਮੈਂ ਕਪੂਰਥਲੇ ਡਿਸਟ੍ਰਿਕਟ ਦਾ ਹੈਗਾ ਜੀ ਅਤੇ ਇੱਥੇ ਗੌਰਮੈਂਟ ਨੇ ਇੰਨੀ ਵੱਡੀ ਬਿਲਡਿੰਗ ਬਣਾਈ ਸਾਡੇ ਲਈ ਸੁਵਿਧਾਵਾਂ ਵਾਸਤੇ ਵੀ ਸਾਨੂੰ ਸੁਵਿਧਾਵਾਂ ਮਿਲੇ ਲੇਕਿਨ ਇੱਥੇ RTO ਜਿਹੜਾ ਹੈ ਉਹ ਨਹੀਂ ਬਹਿੰਦਾ ਉਹ ਜਲੰਧਰ ਬਹਿੰਦਾ RTO ਉਹ ਸਾਨੂੰ ਇਸ ਕਰਕੇ ਸਮੱਸਿਆ ਆਉਂਦੀ ਇੱਥੇ ਕੋਈ ਵੀ ਲਾਇਸੈਂਸ ਦਾ ਕੰਮ ਕਰਾਉਣਾ ਜਾਂ ਟਰਾਈ ਦੇਣੀ ਜਾਂ ਕੋਈ ਚਲਾਨ ਕੱਟਦਾ ਸਾਨੂੰ ਜਲੰਧਰ ਜਾਣਾ ਪੈਂਦਾ ਜਿਸ ਕਰਕੇ ਦਿੱਕਤ ਆਉਂਦੀ ਸਾਨੂੰ ਸਰ ਜੀ ਮੈਨੂੰ 15 ਦਿਨ ਹੋ ਗਿਆ ਇੱਥੇ ਆਉਂਦੇ ਨੂੰ ਗੱਡੀ ਟ੍ਰਾਂਸਫਰ ਕਰਾਉਣੀ ਹੈ ਅਤੇ ਇਹਨਾਂ ਕੋਲ ਆਈ ਦਾ ਇਹ ਕਹਿੰਦੇ ਜੀ ਤੁਸੀਂ ਜਲੰਧਰ ਜਾਓ ਜਲੰਧਰ ਵਾਲੇ ਕਹਿੰਦੇ ਆ ਜੀ ਸਾਡਾ ਸਿਸਟਮ ਨਹੀਂ ਚੱਲਦਾ ਹਜੇ ਉਹ ਸਾਡਾ ਹੋਇਆ ਨਹੀਂ ਤੁਸੀਂ ਇੱਥੇ ਮੰਨ ਲਓ ਕਪੂਰਥਲੇ ਹੋਊਗਾ ਤੁਹਾਡਾ ਕੰਮ ਅਤੇ ਇਹ ਹੁਣ ਐਡੇ ਐਡੇ ਦਫ਼ਤਰ ਬਣਾਏ ਸਰਕਾਰਾਂ ਨੇ ਕਾਹਦੇ ਵਾਸਤੇ ਬਣਾਏ ਆ ਇਹ ਗੇੜੇ ਮਾਰਨ ਵਾਸਤੇ ਥੋੜ੍ਹੀ ਸਾਡੇ ਮਾਰੇ ਬਣਾਇਆ ਵੀ ਖਾਲੀ ਗੇੜੇ ਮਾਰੀ ਜਾਈਏ ਗੱਡੀ ਮੇਰੀ ਹੁਣ ਜਿਸ ਬੰਦੇ ਕੋਲ ਮੈਂ ਗੱਡੀ ਖਰੀਦੀ ਆ ਉਹਦੇ ਘਰ ਗੱਡੀ ਖੜੀ ਆ 15 ਦਿਨ ਤਾਂ ਮੈਨੂੰ ਖੱਜਲ ਖਰਾਬ ਹੁੰਦਿਆਂ ਨੂੰ ਹੋ ਗਏ ਆ ਨਹੀਂ ਤਾਂ ਅੱਗੇ 7-8 ਦਿਨ ਲੱਗਦੇ ਸੀ ਟ੍ਰਾਂਸਫਰ ਦੇ ਅਤੇ ਹਜੇ ਮੈਨੂੰ ਇਹ ਨਹੀਂ ਪਤਾ ਵੀ ਕਿੰਨਾ ਟਾਈਮ ਲੰਮਾ ਕਿੰਨਾ ਲੱਗ ਜਾਣਾ ਵਾ ਅਤੇ ਜਿਸ ਬੰਦੇ ਦੀ ਪੇਮੈਂਟ ਦੇਣੀ ਆ ਉਹ ਵੱਖ ਨੇ ਪਿਛਲੇ ਕਾਫੀ ਲੰਬੇ ਦਿਨ ਵਿੱਚ ਸਮੱਸਿਆ ਆ ਰਹੀ ਆ ਜੀ ਇੱਥੇ ਡਿਪਾਰਟਮੈਂਟ ਹੈਗਾ ਵਾ RTO ਜਿਹੜਾ ਹੈਗੇ ਸਰ ਉਹ ਜਲੰਧਰ ਬਹਿੰਦੇ ਆ ਅਤੇ ਪਿਛਲੇ ਲੰਬੇ ਸਮੇਂ ਤੋਂ ਵੀ ਆਮ ਪਬਲਿਕ ਸਮੱਸਿਆ ਆ ਰਹੀ ਆ ਚਲਾਨਾਂ ਲਈ ਹਾਈਵੇ ਲਾਇਸੈਂਸ ਲਈ ਜਲੰਧਰ ਜਾਣੇ ਪੈਂਦੇ ਉਹਨੇ ਦਾ ਸਰ ਚਲਾਨ ਨਹੀਂ ਹੁੰਦਾ ਜਿੰਨੇ ਜਿਹੜੇ ਚਲਾਨ ਭਰਤਾਂਦੇ ਉਹਨਾਂ ਜਲੰਧਰ ਜਾਣੇ ਪੈਂਦਾ ਵਾ ਅਤੇ ਪਬਲਿਕ ਦੀ ਇਹ ਡਿਮਾਂਡ ਹੈ ਜੀ 2 ਦਿਨ RTO ਜਿਹੜੇ ਆਪਣੇ ਇੱਥੇ ਕਪੂਰਥਲੇ ਦੇ ਦਫ਼ਤਰ ਵਿੱਚ ਬਿਠਾਇਆ ਬੈਠਣ ਤੁਸੀਂ ਜਿਹੜੀ ਗੱਲ ਕਹੀ ਹੈ ਆਪਣਾ ਜੈਨੂਇਨ ਸਮੱਸਿਆ ਹੈਗੀ ਹੈ ਸਾਡੇ ਨੋਟਿਸ 'ਚ ਅੱਜ ਤੁਸੀਂ ਲੈ ਕੇ ਆਉਂਦਾ ਔਰ ਇਹਦੇ ਅਸੀਂ ਸਰਕਾਰ ਨਾਲ ਸੈਕਟਰੀ ਟ੍ਰਾਂਸਪੋਰਟ ਨਾਲ ਟੇਕਅਪ ਕਰ ਲੈਂਦੇ ਹਾਂ ਔਰ ਕਿਉਂ ਤਾਂ ਜੋ ਲੋਕਾਂ ਦੀ ਸੁਵਿਧਾ ਵਾਸਤੇ ਸਰਕਾਰ ਹੁੰਦੀ ਹੈ ਔਰ ਸਰਕਾਰ ਇਹ ਸੁਵਿਧਾ ਵਾਸਤੇ ਹੈ ਔਰ ਅਸੀਂ ਉਪਰਾਲਾ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਆਫਿਸ ਹੈਗਾ ਉਹ ਸਰਕਾਰ ਨਾਲ ਟੇਕਅਪ ਕਰਨੇ ਹੈ ਕਿ ਕਪੂਰਥਲੇ ਵਿੱਚ ਆ ਜਾਵੇ ਤਾਂ ਜੋ ਲੋਕ ਨੂੰ ਉਹਨਾਂ ਦੀ ਗ੍ਰੀਨਸ ਜਿਹੜੀਆਂ ਐਡਰੈਸ ਪ੍ਰੋਪਰਲੀ ਹੋ ਸਕਣ ਪਟਿਆਲਾ ਪੁਲਿਸ ਨੇ SBI ਬੈਂਕ ਦੇ ATM ਨੂੰ ਕੱਟ ਕੇ ਉਸ ਵਿੱਚੋਂ ਕੈਸ਼ ਚੋਰੀ ਕਰਨ ਵਾਲੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਦੱਸ ਦਈਏ ਕਿ 16 ਮਾਰਚ ਨੂੰ ਇਸ ATM ਨੂੰ ਕੱਟ ਕੇ ਉਸ ਵਿੱਚੋਂ ਕੈਸ਼ ਕੱਢਿਆ ਗਿਆ ਸੀ ਇਸ ਤੋਂ ਬਾਅਦ ਪੁਲਿਸ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਜੁਟ ਗਈ ਸੀ ਅਤੇ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਕੈਸ਼ ਲੋਡ ਕਰਨ ਵਾਲੇ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਨੌਕਰੀ ਤੋਂ ਬਾਹਰ ਕੱਢਿਆ ਗਿਆ ਸੀ ਅਤੇ ਉਹ ਵੱਖ-ਵੱਖ ਬੈਂਕਾਂ ਦੇ ATM ਵਿੱਚ ਕੈਸ਼ ਪਾਉਣ ਦਾ ਕੰਮ ਕਰਦੇ ਸੀ ਅਤੇ ਕੈਸ਼ ਪਾਉਣ ਦੌਰਾਨ ਕੈਸ਼ ਘੱਟ ਪਾਇਆ ਜਾਂਦਾ ਸੀ ਅਤੇ ਐਂਟਰੀ ਜ਼ਿਆਦਾ ਦਿਖਾਈ ਜਾਂਦੀ ਸੀ
बाकी पैसा अपने कोल रखा जाता सी, जिसका पर्दाफाश हो गया ते उन्हां सब नूं गिरफ्तार करके पुलिस ने अगे की कार्रवाई शुरू कर दी है। जिवें तुहानूं पता है पटियाला दे विच जिन्ने सेंसेशनल कोई क्राइम होया, असी कुछ दिनों दे विच चार घंटिया तो लैके कुछ दिनों दे विच सारे उन्हें ट्रेस करने कामयाब होए हैं। उवें ही सानूं पटियाला पुलिस नूं बड़ी वड्डी कामयाबी मिली जदों पटियाला विखे 36 लाख की जिहड़ी 16-17 की रात को जिहड़ी ATM दे विचों चोरी की दस्सिया गया सी, जिहड़ा कि ATM नूं वढ़ के चोरी किया गया सी, ਉਹ ਅਸੀਂ ਉਹਦੀ 'ਚ ਜਿਹੜੀ ਟੀਮ ਗਠਨ ਕੀਤੀ। ਟੀਮ ਗਠਨ ਕਰਨ ਤੋਂ ਬਾਅਦ ਜਿਹੜੀ ਇੱਕ ਸਪੈਸ਼ਲ ਟੀਮ ਨੇ ਉਹਦੀ ਬੜੀ ਡੂੰਘਾਈ ਨਾਲ ਪੜਤਾਲ ਕੀਤੀ। ਉਹ ਪੜਤਾਲ ਕਰਨ 'ਤੇ ਇਹ ਪਾਇਆ ਗਿਆ ਕਿ ਇਹ ਚੋਰ ਜਿਹੜੇ ਕੋਈ ਬਾਹਰਲੇ ਚੋਰ ਨਹੀਂ ਸੀ, ਇਹ ਜਿਹੜੇ ਕਸਟੋਡੀਅਨ ਸੀ ਜਿਨ੍ਹਾਂ ਨੂੰ ਇਹ ਕੈਸ਼ ਦਿੱਤਾ ਜਾਂਦਾ ਸੀ ਵੀ ATM ਦੇ ਵਿੱਚ ਲੋਡ ਕਰੋ, ਉਹਨਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਜੇ ਇਹਦੀ ਪੂਰੀ ਡੂੰਘਾਈ ਨਾਲ ਅਸੀਂ ਪੜਤਾਲ ਕੀਤੀ, ਇਹ ਪਾਇਆ ਗਿਆ ਕਿ 2014 ਤੋਂ ਇਹਨਾਂ ਨੇ ਇਹ ਸ਼ੁਰੂ ਕੀਤਾ ਸੀ। ਡੀਮੋਨੀਟਾਈਜੇਸ਼ਨ ਜਿਹੜੀ ਨਵੰਬਰ 2016 ਦੇ ਵਿੱਚ ਆਈ ਸੀ ਉਹਦਾ ਇੱਕ ਪਾਰਟ ਹੈ, 18-19 ਲੱਖ ਦਾ ਘਪਲਾ ਸੀ, ਬਾਅਦ ਦੇ ਵਿੱਚ ਇਹਨਾਂ ਨੇ ਜਮ੍ਹਾਂ ਕਰਾਤਾ, ਫਿਰ 17 ਦੇ ਵਿੱਚ ਮੱਧ 17 ਦੇ ਵਿੱਚ ਇਹਨਾਂ ਨੇ ਦੁਬਾਰਾ ਸ਼ੁਰੂ ਕਰ ਦਿੱਤਾ। ਉਦੋਂ ਕਰਨ ਤੋਂ ਬਾਅਦ ਹੁਣ ਤੱਕ ਜਿਹੜੇ ਮੁੱਢਲੇ ਤੌਰ 'ਤੇ ਦੇਖਿਆ ਕਰੀਬ 70 ਲੱਖ ਜਾਂ ਇਸ ਤੋਂ ਜ਼ਿਆਦਾ ਦਾ ਅਮਾਊਂਟ ਜਿਹੜਾ ਪਾਇਆ ਜਾ ਰਿਹਾ ਵੀ ਜਿਹੜਾ ਇਹਨਾਂ ਨੇ ਘਪਲਾ ਕੀਤਾ। ਅਸੀਂ ਇਹਦੇ ਵਿੱਚ ਇਹਨਾਂ ਨੂੰ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਹਦੇ ਵਿੱਚੋਂ ਇਹਨਾਂ ਵੱਲੋਂ ਬਣਾਈਆਂ ਗਈਆਂ ਪ੍ਰਾਪਰਟੀਆਂ ਅਤੇ ਉਹਦੇ 'ਚ ਜਿਵੇਂ ਕਾਰਾਂ ਮੋਟਰਸਾਈਕਲ ਅਤੇ ਉਹ ਅਸੀਂ ਉਹ ਰਿਕਵਰ ਕਰ ਲਏ ਆ, ਨਾਲ ਇਹਦੇ 5.5 ਲੱਖ ਰੁਪਇਆ ਕੈਸ਼ ਰਿਕਵਰ ਕਰ ਲਿਆ। ਜਿਹੜੇ ਕਟਰ ਨਾਲ ਕੱਟਿਆ ਸੀ ਉਹ ਕਟਰ ਨੂੰ ਰਿਕਵਰ ਕਰ ਲਿਆ, ਨਾਲ ਇਹਦੇ ਜਿਹੜਾ ਇੱਕ ਪਾਰਟ ਜਿਹੜਾ ATM ਦਾ ਕੱਟ ਕੇ ਲੈ ਗਏ ਸੀ ਉਹ ਅੱਜ ਮਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਨਾਲੇ ਦੇ ਵਿੱਚ ਸੀ। ਮਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਜਾ ਕੇ ਨਾਲੇ ਤੋਂ ਅੱਜ ਅਸੀਂ ਉਹ ਵੀ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ। ਨਹੀਂ ਇਹ ਇੱਕ ਇਹਨਾਂ ਦੀ ਮੋਡਸ ਪਰੈਂਡੀ ਜਿਹੜੀ ਬੜੀ ਹੈਰਾਨਗੀ ਵਾਲੀ ਗੱਲ ਹੈ ਵੀ ਇਹ ਜਿਹੜਾ ਸਿਸਟਮ ਇਹਨਾਂ ਦਾ, ਇਹ ਜਿਸ ਢੰਗ ਨਾਲ ਮੈਨੂਪਲੇਟ ਕੀਤਾ ਇਹਨਾਂ ਨੇ ਸਿਸਟਮ, ਇਹਦੇ ਵਿੱਚ ਇਹਨਾਂ ਕੋਲ ਪਾਸਵਰਡ ਅਤੇ ਐਡਮਿਨ ਜਿਹੜਾ ਕਾਰਡ ਹੁੰਦਾ, ਇਹ ਕੈਸ਼ ਕਿੰਨਾ ਡਿਪੋਜ਼ਿਟ ਕਰਾਉਂਦਾ। ਮੰਨ ਲਓ ਜੇ ਇਹਨਾਂ ਨੂੰ 10 ਲੱਖ ਰੁਪਇਆ ਕੈਸ਼ ਦਿੱਤਾ ਜਾਂਦਾ ਅਤੇ ਇਹ ਐਂਟਰੀ ਉਹਦੇ 'ਤੇ 10 ਲੱਖ ਦੀ ਕਰਕੇ ਇਹਨਾਂ ਦੀ ਆਪਦੀ ਮਰਜ਼ੀ 'ਤੇ ਰਹਿ ਜਾਂਦਾ ਸੀ ਵੀ 8 ਲੱਖ ਵੀ ਜਮ੍ਹਾਂ ਕਰਵਾ ਸਕਦੇ ਆ, 7 ਲੱਖ ਵੀ ਕਰਵਾ ਸਕਦੇ ਆ। ਇਸੇ ਢੰਗ ਨਾਲ ਇਹ ਵਿੱਚੋਂ ਪੈਸੇ ਕੱਢਦੇ ਰਹੇ, ਆਪਦੇ ਨਿੱਜੀ ਕੰਮਾਂ ਲਈ ਵਰਤਦੇ ਰਹੇ। ਇੱਕ ਫਿਰ ਲਾਸਟ ਡੇਨ ਦੇ ਵਿੱਚ ਜਦੋਂ ਕਿ ਹੁਣ 31 ਮਾਰਚ ਤੱਕ 8 ATM ਹੈ ਜਿਹੜੇ ਉਹ ਪੰਜਾਬ ਨੈਸ਼ਨਲ ਬੈਂਕ ਦੇ ਬੰਦ ਹੋਣੇ ਸੀ, ਤਾਂ ਇਹਨਾਂ ਨੇ ਆਖਿਆ ਫਿਜ਼ੀਕਲ ਵੇਰੀਫਿਕੇਸ਼ਨ ਹੋਊਗੀ। ਫਿਰ ਇਹਨਾਂ ਨੇ ਇੱਕ ਚੋਰੀ ਦਾ ਇਸ ਢੰਗ ਦਾ ਡਰਾਮਾ ਐਨੈਕਟ ਕੀਤਾ ਜਿਹਦੇ ਤੋਂ ਇਹ ਲੱਗੇ ਕਿ ਕੋਈ ਬਾਹਰੋਂ ਚੋਰ ਆਇਆ ਅਤੇ ਇਹ ਸਾਰਾ ਲੁੱਟ ਕੇ ਲੈ ਗਿਆ, ਜਦਕਿ ਸਾਰੇ ਬੰਦੇ ਜਿਹੜੇ ਲੁੱਟ ਕਰਨ ਵਾਲੇ ਘਰ ਦੇ ਹੀ ਬੰਦੇ ਸੀ। ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਵਿਕਾਸ ਬੈਂਕ ਗਿੱਦੜਬਾਹਾ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਵਿੱਚ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਵੱਲੋਂ ਸਿਰਫ ਖਾਨਾ ਪੂਰਤੀ ਕਰਕੇ ਕੰਮ ਕੀਤਾ ਜਾ ਰਿਹਾ। ਇਸ ਸੰਬੰਧੀ ਅੱਗੇ ਦੱਸਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਗਿੱਦੜਬਾਹਾ ਬੈਂਕ ਵੱਲੋਂ 2200 ਕਿਸਾਨਾਂ ਦੇ ਵਾਰੰਟ ਕੱਢੇ ਗਏ ਨੇ। ਇਸ ਤੋਂ ਇਲਾਵਾ ਕਿਸਾਨਾਂ ਦੇ ਖਾਲੀ ਚੈੱਕ ਰੱਖੇ ਹੋਏ ਨੇ ਜੋ ਕਿ ਪੂਰਨ ਤੌਰ 'ਤੇ ਗੈਰ ਕਾਨੂੰਨੀ ਹੈ, ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੰਨਿਆ ਕਿ ਇਹ ਗੈਰ ਕਾਨੂੰਨੀ ਹੈ। ਇਸ ਲਈ ਸਰਕਾਰ ਨੂੰ ਉਕਤ ਕਿਸਾਨਾਂ ਦੇ ਪੁਰਜ਼ੋਰ ਅਪੀਲ ਹੈ ਕਿ ਉਹਨਾਂ ਦੇ ਖਾਲੀ ਚੈੱਕ ਵਾਪਸ ਕੀਤੇ ਜਾਣ ਅਤੇ ਵਾਰੰਟ ਵੀ ਵਾਪਸ ਲਏ ਜਾਣ। ਪਰ ਦੂਜੇ ਪਾਸੇ ਬੈਂਕ ਮੈਨੇਜਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਹਨਾਂ ਕੋਲ ਕਿਸਾਨਾਂ ਦਾ ਕੋਈ ਖਾਲੀ ਚੈੱਕ ਨਹੀਂ ਹੈ। ਦੇਖੋ ਜੀ, ਸਾਡਾ ਅੱਜ ਦਾ ਧਰਨਾ ਇਸ ਗੱਲ ਵਾਸਤੇ ਹੈ ਕਿ ਜਦੋਂ ਅਸੀਂ ਲੋਨ ਲੈਂਦੇ ਹਾਂ ਬੈਂਕਾਂ ਕੋਲੋਂ, ਕਰਜ਼ੇ ਲੈਂਦੇ ਹਾਂ ਚਾਹੇ ਲਿਮਟਾਂ ਬਣਾਉਣੇ ਹੈ, ਉਸ ਸਮੇਂ ਸਰਕਾਰਾਂ ਮਤਲਬ ਬੈਂਕਾਂ ਵਾਲੇ ਜਿੱਥੇ ਸਾਡੀਆਂ ਜ਼ਮੀਨਾਂ ਪਲੱਜ ਗਹਿਣੇ ਕਰਦੇ ਹੈ ਉੱਥੇ ਨਾਲ ਗਰੰਟਡ ਲੈਂਦੇ ਹੈ, ਨਾਲ ਉਹ 1-50 ਰੁਪਏ ਦੀਆਂ ਟਿਕਟਾਂ ਲਾ ਕੇ ਉਹਦੇ ਉੱਤੇ ਮੇਰੇ ਖਿਆਲ 15 ਮਿੰਟਾਂ ਤੱਕ ਹੱਥ ਥੱਕ ਜਾਂਦੇ ਹੈ, ਮਤਲਬ ਸਾਡੇ ਸਾਈਨ ਕਰਦਿਆਂ ਦੇ ਉਹ ਵੀ ਕਰਾਉਂਦੇ ਹੈ, ਪਰ ਇਹਦੇ ਬਾਵਜੂਦ ਫਿਰ ਉਹ ਸਾਥੋਂ ਉਸ ਮੌਕੇ ਨਾਲ ਉਹ ਖਾਲੀ ਚੈੱਕ ਆ ਜਿਹੜੇ ਚੈੱਕ ਸਾਈਨ ਕਰਾ ਕੇ ਅਤੇ ਉਹ ਰੱਖ ਲੈਂਦੇ ਹੈ। ਜਦੋਂ ਕਿਤੇ ਕਿਸ਼ਤ ਟੁੱਟ ਗਈ ਹੋਰ ਕਰ ਗਈ ਤਾਂ ਉਹ ਅਦਾਲਤ ਵਿੱਚ ਲਾ ਕੇ 2 ਸਾਲ ਦੀ ਸਜ਼ਾ ਉਹਦੇ 'ਚ, ਇਸ ਦਬਾਅ ਦੇ ਥੱਲੇ ਸਾਡੇ ਜਿਹੜੇ ਕਿਸਾਨ ਹੈ ਉਹ ਬਹੁਤ ਪਰੇਸ਼ਾਨ ਨੇ, ਬਹੁਤ ਸਾਰੀਆਂ ਖੁਦਕੁਸ਼ੀਆਂ ਵੀ ਇਸ ਦਬਾਅ ਦੇ ਥੱਲੇ ਹੋਈਆਂ ਨੇ ਅਤੇ ਬਹੁਤ ਸਾਰੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਉਹ ਜਿਹੜਾ ਪੈਸਾ ਇਸ ਦਬਾਅ ਦੇ ਥੱਲੇ ਭਰ ਰਹੇ ਨੇ, ਅਤੇ ਉਹ ਜਿਹੜੇ ਚੈੱਕ ਰੱਖੇ ਨੇ ਜਦੋਂ ਸਾਡੇ ਜ਼ਮੀਨਾਂ ਪਲੱਜ ਕਰ ਲਈਆਂ ਤਾਂ ਫਿਰ ਚੈੱਕ ਰੱਖਣੇ ਬਿਲਕੁਲ ਗੈਰ ਕਾਨੂੰਨੀ ਹੈ। ਇਹ ਸਰਕਾਰ ਮੰਨੀ ਹੈ, ਇਹ ਬੈਂਕਾਂ ਵਾਲੇ ਮੰਨੇ ਨੇ, ਜਿਹੜਾ ਇਹਨਾਂ ਦਾ ਮੰਤਰੀ ਸਹਿਕਾਰਤਾ ਮੰਤਰੀ ਉਹ ਮੰਨਿਆ, ਪਰ ਇਹਦੇ ਬਾਵਜੂਦ ਬੈਂਕਾਂ ਵਾਲੇ ਰੱਖੀ ਬੈਠੇ ਨੇ, ਅਜੇ ਤੱਕ ਉਹ ਚੈੱਕ ਵਾਪਸ ਨਹੀਂ ਹੈ ਕੀਤੇ। ਅਸੀਂ ਪਿਛਲੇ ਦਿਨਾਂ ਦੇ ਵਿੱਚ ਕਿੱਲਿਆਂ ਵਾਲੀ ਦੇ ਵਿੱਚ ਜਿਹੜਾ ਹੈਗਾ ਉਹ ਧਰਨਾ ਲਾਇਆ ਸੀ,
ਅਤੇ ਅਜੇ ਤੱਕ ਵੀ ਉਹ ਜਿਹੜੇ ਚੈੱਕ ਹੈ ਉਹ ਮੈਨੇਜਰ ਰੱਖੀ ਬੈਠੇ ਨੇ, ਦਿੱਤੇ ਨਹੀਂ ਹੈ। ਇੱਕ ਇੱਕ ਚੈੱਕ ਉਹਦੇ ਵਿੱਚੋਂ ਜਿਹੜਾ ਉਹ ਉਹਨਾਂ ਨੇ ਉਹ ਕਾਪੀਆਂ ਕਾਪੀਆਂ ਰੱਖੀ ਹੋਈਆਂ ਚੈੱਕਾਂ ਦੀਆਂ, ਪਰ ਇੱਕ ਚੈੱਕ ਦੇ ਕੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਹੋਰ ਹੈ ਨਹੀਂ, ਜਦੋਂ ਕਿ ਬਿਲਕੁਲ ਉਹ ਸਾਰੇ ਚੈੱਕਾਂ ਦੀ ਕਾਪੀ ਹੈ। ਇਹ ਗੈਰ ਕਾਨੂੰਨੀ ਤੌਰ ਜਿਹੜਾ ਕੰਮ ਹੈ ਇਹ ਕਰੀ ਜਾਂਦੇ ਆ, ਅਤੇ ਸਰਕਾਰ ਉਹਨਾਂ ਦੇ ਵਾਸਤੇ ਮਤਲਬ ਜਿਹੜਾ ਹੈਗਾ ਉਹ ਫੋਰਸਾਂ ਲਾ ਕੇ ਉਹਨਾਂ ਦੀ ਉਹ ਰੱਖਿਆ ਕਰਦੀ ਹੈ ਜਦੋਂ ਕਿ ਹੋਰ ਕੋਈ ਗੈਰ ਕਾਨੂੰਨੀ ਕੰਮ ਕਰੇ। ਇਸ ਜਿਹੜੀ ਵਿਕਾਸ ਬੈਂਕ ਹੈ ਇਹ 2200 ਕਿਸਾਨਾਂ ਦੇ ਵਾਰੰਟ ਕੱਢੇ ਇਹਨਾਂ ਨੇ, ਖਾਲੀ ਚੈੱਕ ਰੱਖੇ ਹੈ। ਇੱਕ ਜਮ੍ਹਾਂ ਜਿਹੜੇ ਗੈਰ ਕਾਨੂੰਨੀ, ਖਾਲੀ ਚੈੱਕਾਂ ਦਾ ਤਾਂ ਮਤਲਬ ਹੀ ਕੋਈ ਨਹੀਂ ਵੀ ਇਹ ਮਤਲਬ ਲੈਣ, ਕਿਉਂਕਿ ਸਾਡੀ ਜ਼ਮੀਨ ਦੇ ਦੋ ਵਾਰੀ ਪਹਿਲਾਂ ਹੀ ਗਰੰਟੀ ਲੈ ਲੈਂਦੇ ਹੈ। ਇੱਕ ਸਾਡੀ ਜ਼ਮੀਨ ਗਹਿਣੇ ਲੈ ਕੇ ਫਿਰ ਨਾਲ ਗਰੰਟਡ ਵੀ ਹੁੰਦਾ ਜਿਹੜਾ ਗਵਾਹ ਹੁੰਦਾ। ਇਸ ਵਾਸਤੇ ਖਾਲੀ ਚੈੱਕ ਗੈਰ ਕਾਨੂੰਨੀ ਹੈ, ਇਹ ਰੰਧਾਵੇ ਨੇ ਵੀ ਮੰਨਿਆ, ਜਿਹੜਾ ਇਹਨਾਂ ਦਾ ਸਹਿਕਾਰਤਾ ਮੰਤਰੀ ਹੈ, ਅਤੇ ਇਹ ਬੈਂਕ ਵਾਲਿਆਂ ਨੇ ਵੀ ਮੰਨਿਆ ਵੀ ਇਹ ਜਿਹੜਾ ਗੈਰ ਕਾਨੂੰਨੀ ਹੈ ਖਾਲੀ ਚੈੱਕ। ਅਜੇ ਵੀ ਪਿਛਲੇ 15 ਦਿਨਾਂ ਤੋਂ ਪਹਿਲਾਂ ਦੇ ਦੇਣੇ ਸੀ। ਸਾਡਾ ਧਰਨਾ ਲੁਧਿਆਣੇ ਲੱਗੇ ਨੂੰ ਹੋ ਗਏ 25-30 ਦਿਨ, 7 ਦਿਨਾਂ ਤੋਂ ਵਾਪਸ ਕਰਨੇ ਸੀ, ਉਹ ਅਜੇ ਵੀ ਇਹ ਰੱਖੀ ਬੈਠੇ ਆ। ਅਤੇ ਲੰਮੀ ਜਿਹੜਾ ਬੈਂਕ ਹੈ ਉਹਦੇ ਅਸੀਂ ਧਰਨਾ ਵੀ ਲਾਇਆ, ਮੈਨੇਜਰ ਮੰਨ ਵੀ ਗਿਆ, ਅਤੇ ਉਹਨੇ ਹਜੇ ਵੀ ਮਤਲਬ ਚੈੱਕ ਵਾਪਸ ਨਹੀਂ ਕਰੇ ਆਪਣੀ। ਉਹ ਤਾਂ ਚੈੱਕ ਲਿੱਤੇ ਨਹੀਂ, ਜਿਹੜੇ ਪੋਸਟ ਡੇਟਡ ਚੈੱਕ ਨਹੀਂ ਲਿੱਤੇ ਹਮ। ਚੈੱਕ ਤੋਂ ਜ਼ਮੀਨਦਾਰ ਜਿਸ ਦੇ ਕੇ ਜਾਤਾ ਹੈ, ਜੇ ਅਸੀਂ ਰਿਕਵਰੀ ਮੈਂ ਚੈੱਕ ਲਿੱਤੇ ਹੈ, ਹਮ ਜੇ ਡਿਮਾਂਡ ਕੀ ਹਮਾਰਾ ਬੰਦੇ ਜਾਤੀ ਜਾਂ ਬੈਂਕ ਦੇ ਉਹੀ ਚੈੱਕ ਲਿੱਤੇ, ਬਾਕੀ ਚੈੱਕ ਤੋਂ ਲਿੱਤੇ ਨਹੀਂ। ਖਾਲੀ ਚੈੱਕ ਨਹੀਂ ਲਿੱਤੇ ਜੀ ਬੈਠ ਕੇ ਬਤਾਓ ਕਿਸ ਕੀ ਲਿਸਟ ਦੋ ਹਮ ਚੈੱਕ ਕਰੇਂਗੇ ਹਮਾਰੇ ਪਾਸ ਕੋਈ ਚੈੱਕ ਨਹੀਂ ਹੈ ਸਰ ਉਹ ਕਹਿ ਰਹੇ ਨੇ ਕਿ ਜ਼ਮੀਨਾਂ ਵੀ ਪਲੱਸ ਕੀ ਹੋਈਆਂ ਲੇਕਿਨ ਖਾਲੀ ਚੈੱਕ ਵੀ ਨਹੀਂ ਖਾਲੀ ਚੈੱਕ ਵਾਲਾ ਨਹੀਂ ਹੈ ਜੀ
ਤੇ ਗੱਲ ਕਰਦੇ ਹਾਂ ਹਰਿਆਣਾ ਦੀ। ਹਰਿਆਣਾ ਦੇ ਘਰੌਂਡਾ ਦੇ ਇੱਕ ਪਿੰਡ ਵਿੱਚ ਰਿਫਾਈਨਰੀ ਤੋਂ ਆਏ ਕਚਰੇ ਦਾ ਇੱਕ ਟੈਂਕਰ ਵੈਲਡਿੰਗ ਕਰਵਾਉਣ ਲਈ ਆਇਆ, ਜਿਸ ਵਿੱਚ ਗੈਸ ਹੋਣ ਕਾਰਨ ਵੈਲਡਿੰਗ ਕਰਦੇ ਸਮੇਂ ਬਲਾਸਟ ਹੋ ਗਿਆ ਅਤੇ ਵੈਲਡਿੰਗ ਕਰਨ ਵਾਲੇ ਪਿਓ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਨਾਲ ਹੀ ਦੁਕਾਨ 'ਤੇ ਆਇਆ ਇੱਕ ਮੋਟਰਸਾਈਕਲ ਚਾਲਕ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਹਾਦਸੇ ਕਾਰਨ ਰੋਡ ਤੋਂ ਗੁਜ਼ਰਨ ਵਾਲਾ ਇੱਕ ਰਾਹਗੀਰ ਵੀ ਗੰਭੀਰ ਜ਼ਖਮੀ ਹੋਇਆ। ਸਥਾਨਕ ਲੋਕਾਂ ਦੇ ਮੁਤਾਬਕ ਬਲਾਸਟ ਕਾਫ਼ੀ ਜ਼ਬਰਦਸਤ ਸੀ। ਮੌਕੇ 'ਤੇ ਘਰੌਂਡਾ SHO ਅਤੇ DSP ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਅੱਗੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਮੇਰਾ ਨਾਂ ਜੋਗਾ ਸਿੰਘ, ਐਕਸਪੰਚ ਥਾਣਾ। ਇਹ ਘਟਨਾ ਕੈਸੇ ਘਟੀ ਸਰ? ਇਹ ਟਾਈਮ ਲਗਭਗ 1 ਵਜੇ ਹੋਇਆ ਹਾਦਸਾ ਜੀ। ਅਤੇ ਤੋ ਆਪਣੇ ਕਿਆ ਦੇਖਿਆ? ਆਪਣੇ ਤਾਂ ਆਪਣੇ ਗਾੜੀ 'ਤੇ ਜਬਰ ਰੌਲਾ ਪੜਿਆ ਅਤੇ ਇਧਰ ਆਮ ਆਏ, ਦੇਖਿਆ ਵੀ ਇੱਕ ਆਦਮੀ ਭਾਗ ਕੇ ਅੱਡੇ 'ਤੇ ਆਗ ਲੱਗੀ ਸੀ ਚਾਰ ਸਵੇਰੇ ਉਸਕੇ, ਉਹ ਮਾਰੇ ਖੇਤ ਮੇ ਆ ਗਿਆ, ਉਸਨੇ ਲੇਟਿਆ ਬਰਸੀਨ ਮੇ ਅਤੇ ਉਸਕੀ ਆਗ ਬੁਝਾਈ। ਅਤੇ ਫਿਰ ਅੱਡੇ ਕੰਨੀ ਕਮਾਂਡਰ ਸਾਹਿਬ ਕੋਲ ਮੈਂ ਫੋਨ ਕਰਿਆ, ਉਹਨਾਂ 5 ਐਂਬੂਲੈਂਸ ਉਹ ਭੇਜੀ, ਬੜੀ ਗੱਡੀ ਫਾਇਰ ਬ੍ਰਿਗੇਡ ਅੰਦਰ ਸੀ ਰਿਫਾਇਨਰੀ 'ਚ, ਅਤੇ ਉਹਨਾਂ ਆਗ 'ਤੇ ਕਾਬੂ ਪਾਇਆ ਅਤੇ 3-4 ਐਂਬੂਲੈਂਸ ਭੇਜੀ ਉਹਨਾਂ, ਜੋ ਜਿਹਨੇ ਕਿ ਆਗ ਲੱਗੀ ਹਾਲਤ ਖਰਾਬ ਸੀ, ਉਹਨੂੰ ਆਪਣੇ ਐਂਬੂਲੈਂਸ ਮੇ ਪਾਣੀ ਪਤ ਭੇਜਿਆ। ਮੌਤ ਹੋ ਚੁੱਕੀ ਤੁਹਾਨੂੰ ਕੀ? ਹਾਂਜੀ ਮੌਤ ਹੋ ਚੁੱਕੀ ਤੁਹਾਨੂੰ ਕੀ? ਦੋਨੋਂ ਕੀ ਨਹੀਂ, ਜੋ ਕਿ ਬਾਪੂ ਬੇਟਾ ਦੋਨੋਂ ਦੁਕਾਨਦਾਰ ਥੇ, ਉਹਨਕੀ ਬਾਅਦ ਮੇ ਪਤਾ ਲੱਗਾ ਵੀ ਮੌਤ ਹੋ ਗਈ। ਉਸ ਟਾਈਮ 'ਤੇ ਆਗ ਮੈਂ ਤਾਂ ਕੋਈ ਵੱਢ ਨਹੀਂ ਪਾਇਆ ਅੰਦਰ, ਉਹਦੇ ਬਾਅਦ ਨਹੀਂ ਪਤਾ ਲੱਗਣਾ ਜੀ ਵੀ ਆਗ ਮੱਠੀ ਹੋਈ, ਤਵੀ ਪਾਸ ਗਏ। ਕੀ ਇਹ ਘਟਨਾ ਹੈ? ਪੁਲਿਸ ਕੋ ਇਨਫੋਰਮੇਸ਼ਨ ਮਿਲੀ, ਪੁਲਿਸ ਕੋ ਇਨਫੋਰਮੇਸ਼ਨ ਮਿਲਣ ਕੇ ਬਾਅਦ ਪੁਲਿਸ ਮੌਕਾ ਪਰ ਪਹੁੰਚੀ ਹੈ। ਮਨੋਜ ਚੌਂਕੀ ਸਤਕਾਲ, ਜੈਸੇ ਮਾਰੋ ਸੂਚਨਾ ਮਿਲੀ ਮੈਂ ਵੀ ਮੌਕੇ ਪਹੁੰਚਾ ਹੂੰ। ਮੌਕੇ ਪਰ ਪਹੁੰਚ ਕੇ ਅਭੀ ਤੋ ਜੋ ਆਗ ਲੱਗਣੇ ਕਾ ਕਾਰਨ ਹੈ ਯਹੀ ਪਤਾ ਲੱਗਿਆ ਹੈ ਵੀ ਇੱਕ ਕਚਰਾ ਉਠਾਉਣੇ ਵਾਲਾ ਆਪਣਾ ਕੈਂਟਰ ਥਾ, ਗੈਸ ਵਗੈਰਾ ਕਾ ਜਾਂ ਕੋਈ ਕਾਲੇ ਤੇਲ ਵਗੈਰਾ ਕਚਰਾ ਉਠਾਤੇ ਹੈ, ਤੋ ਉਸਸੇ ਜੈਸੇ ਵੈਲਡਿੰਗ ਵੋ ਕਰ ਰਹੇ ਥੇ ਵੈਲਡਿੰਗ ਮੈਂ ਉਸੇ ਗਰਮ ਹੋ ਕੇ ਉਸਮੇ ਵਿਸਫੋਟ ਹੋ ਗਿਆ, ਜਿਸਸੇ ਆਗ ਲੱਗ ਗਈ। ਉਸਮੇ ਜੋ ਹੈ ਦੋ ਤੋ ਇੰਜਰਡ ਹੈ ਔਰ ਦੋ ਕੀ ਡੈਥ ਹੋ ਗਈ ਹੈ ਮੌਕੇ ਪਰ। ਜੋ ਜਿਨਕੀ ਡੈਥ ਹੋ ਗਈ ਹੈ ਉਨਕੋ ਕਰਨਾਲ ਹੋਸਪਿਟਲ ਮੈਂ ਭੇਜ ਦਿਆ ਹੈ ਔਰ ਜੋ ਦੋ ਇੰਜਰਡ ਹੈ ਉਨਕੋ ਪਾਣੀਪਤ ਹੋਸਪਿਟਲ ਮੈਂ ਆਪਣਾ ਐਡਮਿਟ ਕਰਵਾ ਦਿਆ ਹੈ। ਬਾਕੀ ਇਹ ਕੀ ਹਾਲਤ ਸ਼ਾਇਦ ਨਾਜੁਕ ਹੈ, ਸੀਰੀਅਸ ਹੈ, ਇਹ ਥੋੜ੍ਹਾ ਉੱਪਰ ਉਹ ਠੀਕ ਹੈ ਇੱਕ ਇੰਜਰਡ ਹੈ। ਬਾਕੀ ਜੋ ਟਰੱਕ ਕਾ ਮਾਲਿਕ ਹੈ ਉਸਕੇ ਖਿਲਾਫ਼ ਔਰ ਟਰੱਕ ਡਰਾਈਵਰ ਕੇ ਖਿਲਾਫ਼ ਆਪਣਾ ਜੈਸੇ ਸਟੇਟਮੈਂਟ ਦੇਂਗੇ ਉਨਕੇ ਖਿਲਾਫ਼ ਕਾਰਵਾਈ ਕੀ ਜਾਏਗੀ, ਜਲਦ ਉਨਕਾ ਅਰੈਸਟ ਕੀਆ ਜਾਏਗਾ।
मरने वाले की उम्र कितनी होगी जी? मरने वाला की है कि जो सुरजीत है उसकी उम्र करीब 40 के करीब है और जो लड़का है उसकी करीब 19 के करीब। ते हुण जांदे जांदे एक नज़र हेडलाइंस ते। फिरोजपुर विच शहीद भगत सिंह राजगुरु अते सुखदेव दे शहीदी दिवस मौके कढ़ी गई मोटरसाइकिल रैली। शहीद भगत सिंह दे भांजे हकूमत सिंह ने बसंती रंग की झंडी दे के रैली नूं कीता रवाना। अमृतसर के दुर्गियाना मंदिर के सरोवर की कार सेवा में अकाली दल के तलबीर सिंह पहुंचे सेवा करने लई किया बहुत खुशकिस्मत हाँ कि सेवा करने का मौका मिलिया। खेड मंत्री राणा गुरजीत सिंह सोढ़ी पहुंचे श्री मुक्तसर साहब किया लोकसभा चोणों नूं लैके पूरी तैयारी हाईकमान देवेगी मौका तो हर हाल च करांगे जित हासिल। पंजाब सरकार वालों ट्रांसपोर्ट विभाग तो DTO अहुदे नूं खत्म करन कारण लोगों नूं करना पै रहा परेशानियों का सामना। जिला कपूरथला दे डिप्टी कमिश्नर का कहना जल्द लोगों की समस्यावां दा कीता जाएगा हल। पटियाला पुलिस ने वड्डी कामयाबी हासिल करते हुए सुलझाई एक होर गुत्थी। ATM विच कैश पाउण समय हेराफेरी करने वाले मुलाजमान नूं कीता गिरफ्तार। मुक्तसर साहब के हलका गिदड़बाहा विच भारतीय किसान यूनियन एकता उग्राहा वल्लों लगाया गया धरना। किसानों का कहना बैंक जल्दी वापस करे किसानों के लए हुए खाली चैक। हरियाणा के करौंडा के एक पिंड विच कचरे के एक टैंकर विच वैल्डिंग दौरान होया ब्लास्ट। वैल्डिंग करने वाले प्यो पुत्र की हुई मौके पर मौत। इस बुलेटिन विच फिलहाल इन्ना ही। नवीं खबरों के नाल फिर हाजिर होवांगे। हुण मैनूं दिओ इजाजत। धन्यवाद।